ਉਹ ਪੁਰਾਣੀ ਮੋਟਰ ਦੀ ਥਾਂ ਆਪਾਂ ਨਵੀਂ ਮੋਟਰ ਲਾਈ ਸੀਗੀ, ਉਹ ਅਮਲੀ ਸਾਲੇ ਰਾਤ ਨੂੰ ਪੁਰਾਣੀ ਮੋਟਰ ਹੀ ਚੱਕ ਕੇ ਲੈ ਗਏ। ਆਹੋ ਆਹੋ ਮੈਨੂੰ ਪਤਾ ਵਾ ਯਾਰ, ਉਹਦੀ ਅਰਜ਼ੀ ਤਾਂ ਮੈਨੂੰ ਲਿਖੀ ਸੀ ਨਾ, ਉਹ ਅਜੇ ਤੱਕ ਮੇਰੇ ਦਫ਼ਤਰ 'ਚ ਪਈ ਆ, 2 ਮਹੀਨੇ ਹੋ ਗਏ, ਉਹਦੇ ਬਾਅਦ ਤੁਸੀਂ ਕੋਈ ਗੱਲ ਹੀ ਨਹੀਂ ਗਾਉਣੀ। ਪੁੱਪੜ ਜੀ, ਹੁਣ ਉਹ ਅਰਜ਼ੀ ਦੀ ਕੋਈ ਲੋੜ ਨਹੀਂ ਪੈਣੀ, ਉਹ ਮਾਮਲਾ ਤਾਂ 3 ਦਿਨ ਹੀ ਰਫਾ ਦਫਾ ਹੋ ਗਿਆ ਸੀ। ਤੁਹਾਨੂੰ ਪਤਾ ਉਹ ਅਮਲੀ ਆ ਨਹਿਰ ਦੇ ਕੰਢੇ ਜਿਹੜਾ ਠੇਕਾ ਹੈ ਉਹਦੇ ਕੋਲ ਕਬਾੜੀ ਆ, ਉੱਥੇ ਮੋਟਰ ਵੇਚਦੇ ਸੀ, ਤੇ ਠੇਕੇ ਤੇ ਬੈਠਾ ਸੀ ਆਪਣਾ ਸਿਕੰਦਰ। ਸਿਕੰਦਰ ਨੇ ਮੋਟਰ ਪਛਾਣ ਲਈ। ਬਸ ਫੇਰ ਕੀ ਸੀ, ਉਹ ਅਮਲੀ ਵਿਚਾਰੇ ਪੁਲਿਸ ਦੀ ਕੁੱਟ ਤੋਂ ਡਰਦੇ ਸਿਕੰਦਰ ਦੇ ਗੋਡੀ ਹੱਥ ਲਾਉਣ ਲੱਗ ਪਏ, ਹੈਂ, ਉਹਨੇ ਉਹਨਾਂ ਨੂੰ ਮਾਫ਼ ਕਰਤਾ। ਚਲੋ ਮੰਗਸਿਆ, ਇੱਥੇ ਤੇਰੀ ਕੋਈ ਗੱਲ ਨਹੀਂ ਬਣਦੀ, ਚੱਲਦਾ ਉਸ ਸ਼ਰਾਬੀ ਸਿਕੰਦਰ ਕੋਲ, ਸ਼ਾਇਦ ਉਹਦੇ ਨਾਲ ਕੋਈ ਗੱਲਬਾਤ ਬਣ ਜਾਏ। ਤੈਨੂੰ ਪੀਣਗੇ ਨਸੀਬਾਂ ਵਾਲੇ ਨਸ਼ੇ ਦੀਏ ਬੰਦ ਬੋਤਲੇ, ਤੈਨੂੰ ਪੀਣਗੇ ਨਸੀਬਾਂ ਵਾਲੇ ਨਸ਼ੇ ਦੀਏ ਬੰਦ ਬੋਤਲੇ। ਇਹ ਅੱਧਾ ਉੱਦਾ ਠੀਕ ਆ, ਇੱਕ ਤੇ ਲੁਕਾਉਣੀ ਸੌਖੀ, ਜੇ ਬੋਤਲ ਫੜੀ ਗਈ ਤੇ ਬੋਤਲ ਗਈ, ਤੇ ਜੇ ਕਿਤੇ ਖੁੱਲ ਗਈ ਤਾਂ ਫਿਰ ਪਤਾ ਹੀ ਨਹੀਂ ਚੱਲਦਾ ਕਿ ਕਿੰਨੀ ਕੁ ਪੀਤੀ ਗਈ। ਮੈਨੂੰ ਕੀ ਹੋਣਾ ਬੁੱਪੜ ਜੀ, ਚੰਗਾ ਭਲਾ ਮੈਂ? ਉਹ ਚੰਗਾ ਹੀ ਚਾਹੀਦਾ, ਕੋਟਾਂ ਤੇ ਤੂੰ ਕਾਫੀ ਦਿਨਾਂ ਦਾ ਇਕੱਠਾ ਕਰ ਲਿਆ। ਉਹ ਕੋਟਾ ਕਾਹਦਾ ਜੀ, ਆ 5-7 ਦਿਨ ਹੀ ਲੰਘਣੇ ਆ ਮਹਾਂ ਇਹਦੇ ਨਾਲ। ਜੇ ਆਹਦੀਆਂ ਮੈਂ ਲੈ ਲਵਾਂ ਤੇ ਮੇਰੇ ਕਿੰਨੇ ਕੁ ਦਿਨ ਲੰਘਣਗੇ? ਕਹਿੰਦੇ ਆ ਦੇਸੀ ਤੇਜ਼ ਹੁੰਦੀ ਆ। ਤੇਜ਼ ਤਾਂ ਹੁੰਦੀ ਆ ਫੁੱਫੜ ਜੀ, ਨਾਲੇ ਜਿਸ ਹਿਸਾਬ ਨਾਲ ਤੁਸੀਂ ਪੀਂਦੇ ਹੋ ਨਾ, ਹਫ਼ਤੇ 'ਚ 1-2 ਪੈਗ ਤੁਹਾਡੇ ਤੇ 1.5-2 ਮਹੀਨੇ ਲੰਘ ਜਾਣੇ ਬੜੇ ਆਰਾਮ ਨਾਲ। ਅੱਛਾ, ਤੇ ਤੇਰੇ ਹਿਸਾਬ ਨਾਲ ਤੇ ਫਿਰ ਤੇਰਾ 5-7 ਦਿਨ ਵੀ ਨਹੀਂ ਲੰਘਣੇ। ਹੋ ਮੈਂ ਕਿਹੜੇ ਇਕੱਲੇ ਪੀਣੀ ਹੁੰਦੀ ਆ ਫੁੱਫੜ ਜੀ, ਆਹ ਪਿੰਡੋਂ ਮੁੰਡੇ ਆ ਜਾਂਦੇ ਆ, ਫਿਰ ਤੁਹਾਨੂੰ ਪਤਾ ਉਹਨਾਂ ਨਾਲ ਮਹਿਫਲ ਮੁਫਲ ਲੱਗ ਹੀ ਜਾਂਦੀ ਥੋੜ੍ਹੀ ਬਹੁਤੀ। ਫਿਰ ਤੇ ਸਮਝ ਪਰਸੋਂ ਲਿਬੜੀ ਲੈ। ਉਹ ਕਿਉਂ? ਪਰ ਤੇਰੇ ਨਾਲ ਦੇ ਵੀ ਤੇ ਤੇਰੇ ਵਰਗੇ ਹੀ ਆ, ਮੈਂ ਜਾਣਦਾ ਨਹੀਂ ਉਹਨਾਂ ਨੂੰ। ਉਹ ਛੱਡੋ ਫੁੱਫੜ ਜੀ, ਤੁਸੀਂ ਸੁਣਾਓ, ਆਓ ਚੱਲੀਏ, ਸੇਵਾ ਪਾਣੀ ਕਰੀਏ ਤੁਹਾਡੀ। ਉਹ ਮੇਰੀ ਸੇਵਾ ਛੱਡ, ਤੈਨੂੰ ਪਤਾ ਨਾ ਜੇ ਆ ਦੇਸੀ ਫੜੀ ਜਾਵੇ ਤੇ ਪਰਚਾ ਪੈ ਜਾਂਦਾ ਤੇ ਸਰਕਾਰੀ ਸੇਵਾ ਦਾ ਕੰਮ ਬਣ ਜਾਂਦਾ। ਪਿਛਲੀ ਸਿਆਲੀ ਫੜੀ ਤਾਂ ਗਈ ਸੀ ਪਰ ਸੇਵਾ ਸੁਭਾ ਕੋਈ ਨਹੀਂ ਹੋਈ ਆਪਣੀ। ਹਾਂ, ਥਾਣੇਦਾਰ ਨੇ ਇੱਕ ਸਰਕਾਰੀ ਪਰਚਾ ਜਿਹਾ ਜ਼ਰੂਰ ਪਾ ਦਿੱਤਾ, ਨਾਲੇ ਫੁੱਫੜ ਜੀ ਅੱਧੀ ਸ਼ਰਾਬ ਵੀ ਰੱਖ ਲਈ ਉਹਨੇ। ਉਹ ਕੋਈ ਪਰਚਾ ਬੋਲਦਾ ਤੇਰੇ ਤੇ? ਉਹ ਫੁੱਫੜ ਜੀ, ਉਹ ਵੈਲੀ ਕਾਹਦਾ ਜਿਹਦੇ ਸਿਰ ਤੇ ਕਦਾ ਪਰਚਾ ਨਾ ਬੋਲਦਾ ਹੋਵੇ। ਉਹ ਵੇਖ ਲਾ, ਜੇ ਮੈਨੂੰ ਕਵੇ ਤੇ ਮੈਂ ਥਾਣੇ ਵਾਲਿਆਂ ਦੇ ਜਾ ਕੇ ਕੰਨੀ ਕੱਢ ਦਵਾਂ, ਉਹਨਾਂ ਨੂੰ ਵੀ ਪਤਾ ਲੱਗੇ ਉਹ ਵੈਲੀ ਦਾ ਫੁੱਫੜ ਵਕੀਲ ਆ। ਉਹ ਜਾਣਦੇ ਹੋ ਫੁੱਫੜ ਜੀ, ਇਹ ਤਾਂ ਹੁਣ ਪਰਚੇ ਨੂੰ ਵੀ ਨਹੀਂ ਪਤਾ ਹੋਣਾ ਕਿ ਥਾਣੇ ਦੀ ਕਿਹੜੀ ਅਲਮਾਰੀ 'ਚ ਕਿਹੜੇ ਨੁੱਕਰ ਦੇ ਵਿੱਚ ਪਈ ਉਹਨੂੰ ਸਿਉਂਕ ਆ ਰਹੀ ਹੋਣੀ। ਉਹ ਸਿਕੰਦਰਾ, ਮੈਂ ਸੁਣਿਆ ਤੇਰੀ ਪਿੱਛੇ ਜੇ ਠੇਕੇ ਤੇ ਕਿਸੇ ਨਾ ਤੂੰ ਤੂੰ ਮੈਂ ਹੋਈ ਆ। ਤੂੰ ਤੂੰ ਮੈਂ ਕਸੁੰਨ ਮੁੱਕੀ ਹੋਈ ਆ ਫੁੱਫੜ ਜੀ, ਪੂਰੀ ਤਸੱਲੀ ਨਾਲ। ਹੈਂ, ਉਹਨਾਂ ਦੀ ਐਡੀ ਹਿੰਮਤ, ਉਹਨਾਂ ਦੇ ਨਾਲ ਖਾ ਤੂੰ ਮੈਨੂੰ, ਫੇਰ ਵੇਖੀ ਆਪਣੇ ਫੁੱਫੜ ਦਾ ਕਮਾਲ, ਮੇਰੇ ਬੱਜੇ ਨਾ ਛੁੱਟਣ ਗਏ। ਉਹ ਜਾਣਦੇ ਹੋ ਫੁੱਫੜ ਜੀ, ਮੁੰਡੇ ਦਾ 2-3 ਹੀ ਸੀ, ਬਸ ਫੱਟਾ ਹੀ ਇੰਨੀ ਜ਼ੋਰ ਦੀ ਵੱਖੀ ਦੇ ਵਿੱਚ ਵੱਜ ਗਿਆ ਉਹਨਾਂ ਦੇ। ਹਾਂ, ਜੇ ਉਹਨਾਂ ਨੇ ਮੈਡੀਕਲ ਕਰਾ ਲਿਆ ਨਾ ਤਾਂ ਤੁਹਾਨੂੰ ਮੇਰੀ ਜ਼ਮਾਨਤ ਕਰਾਉਣੀ ਪੈਣੀ ਹੈ। ਸਵਾਦ ਆ ਵੈਲੀ ਹੈ, ਨਾ ਕੋਈ ਪਰਚਾ ਦਿੱਤੇ, ਨਾ ਕੋਈ ਇਹਦਾ ਲੜਾਈ ਝੜਾਈ ਦਾ ਝਗੜਾ,
ਇਹ ਤੇ ਮੈਨੂੰ ਲੱਗਦਾ ਸ਼ਰਾਬ ਵੀ ਆਪਣੇ ਵਰਗੀ ਨਕੰਮੀ ਕਰਦਾ ਹੋਣਾ। ਚੰਗਾ ਹੋਇਆ ਇਹਦੇ ਸ਼ਰਾਬ ਨਹੀਂ ਲਈ, ਇਹਦੇ ਵਾਧੂ ਦਾ ਮੇਰੇ ਸਿਰ ਤੇ ਸਾਨ ਹੋ ਜਾਂਦਾ। ਹਾਂ ਫੁੱਫੜ ਜੀ ਆਦੀਆ, ਉਹ ਤੂੰ ਰੱਖ ਲਓ ਆਪਣੇ ਕੋਲ ਹੀ। ਉਹ ਫੁੱਫੜ ਜੀ ਚਾਹ ਪਾਣੀ ਪੀ ਕੇ ਜਾਇਓ। ਇਹ ਸਾਲਾ ਵੀ ਨਿਕੰਮਾ ਤੇ ਸਾਲੇ ਦੇ ਦੋਵੇਂ ਵੱਡੇ ਮੁੰਡੇ ਵੀ ਨਿਕੰਮੇ। ਦੂਜੇ ਦੋਵੇਂ ਪਤਾ ਨਹੀਂ ਰਹੇ ਕਿੱਥੇ ਗਏ। ਉਹ ਉੱਦਾਂ ਤੇ ਲੰਬੜਦਾਰ ਨੇ ਫੋਨ ਵੀ ਕੀਤਾ ਸੀ, ਉਹ ਵੀ ਮਿਲ ਜਾਂਦੇ ਨਾ, ਉਹ ਜੇ ਉਹਨਾਂ ਨਾਲ ਵੀ ਕੋਈ ਗੱਲਬਾਤ ਹੋ ਜਾਂਦੀ ਤੇ ਚੰਗਾ ਸੀ। ਸਤਿ ਸ਼੍ਰੀ ਅਕਾਲ ਫੁੱਫੜ ਜੀ। ਉਹ ਸਤਿ ਸ਼੍ਰੀ ਅਕਾਲ ਪੁੱਤਰਾ ਏਕਮ, ਉਹ ਕੀ ਹਾਲ ਸਾਡੇ ਪਾੜੇ ਦਾ? ਤੇਰੀ ਪੜ੍ਹਾਈ ਵੜਾਈ ਠੀਕ ਚੱਲਣ ਡਈ ਆ ਨਾ? ਬਸ ਜੀ ਚੱਲੀ ਜਾਂਦੀ ਆ। ਤੁਸੀਂ ਸੁਣਾਓ, ਇੰਨੀ ਛੇਤੀ ਜਾ ਰਹੇ ਹੋ, ਬੈਠੋ ਅੰਦਰ। ਉਹ ਨਹੀਂ ਨਹੀਂ ਨਹੀਂ, ਮੈਂ ਤੇ ਬਹੁਤ ਦੇਰ ਦਾ ਆਇਆ ਹੋਇਆ। ਤੂੰ ਸੁਣਾ, ਉਹ ਤੇਰਾ ਪ੍ਰੋਫੈਸਰ ਭਰਾ ਨਹੀਂ ਦੇਖ ਰਿਹਾ? ਉਹਨੇ ਨਹੀਂ ਸੀ ਆਉਣਾ ਵਾਪਸ ਤੇਰੇ ਨਾਲ ਕਾਲਜ ਤੋਂ? ਇਕੱਠੇ ਆਏ ਆ ਫੁੱਫੜ ਜੀ, ਉਹ ਪਿਛਲੇ ਵੇੜੇ 'ਚ ਨਾ ਮੋਟਰਸਾਈਕਲ ਲਾਣ ਗਏ, ਆਉਂਦੇ ਹੋਣੇ। ਤੁਸੀਂ ਦੱਸੋ ਤੁਹਾਡੀ ਕਚਹਿਰੀ ਕਿੱਦਾਂ ਚੱਲਦੀ ਹੈ? ਕਚਹਿਰੀ ਕਚੂਰੀ ਮੇਰੀ ਕੀ ਚੱਲਣੀ ਆ, ਤੁਸੀਂ ਤਾਂ ਸਾਰੇ ਸਾਹ ਧੋਣ ਨੂੰ ਫਿਰਦੇ ਜੇ। ਕੁਛ ਕਿਹਾ ਫੁੱਫੜ ਜੀ? ਉਹ ਨਹੀਂ ਨਹੀਂ ਪੁੱਤਰਾ, ਕਚਹਿਰੀ ਕਚੂਰੀ ਤਾਂ ਚੱਲੀ ਜਾਂਦੀ ਆ ਜਿੱਦਾਂ ਚੱਲਣੀ ਆ। ਤੂੰ ਸੁਣਾ, ਕਾਲਜ ਦੇ ਵਿੱਚ ਕੋਈ ਪੰਗਾ ਪੁੰਗਾ ਤਾਂ ਨਹੀਂ ਤੇਰਾ? ਉਹ ਫੁੱਫੜ ਜਿਹੜਾ ਤੈਨੂੰ ਇਹੋ ਜਿਹੀ ਕਾਨੂੰਨੀ ਸਲਾਹ ਦਊ, ਸਾਰੇ ਭੱਜੇ ਫਿਰਨਗੇ। ਨਾ ਨਾ ਫੁੱਫੜ ਜੀ, ਸਾਡੇ ਕਾਲਜ ਦਾ ਮਾਹੌਲ ਬਹੁਤ ਚੰਗਾ ਆ, ਕੋਈ ਇੱਦਾਂ ਦਾ ਰੌਲਾ ਰੱਪਾ ਨਹੀਂ ਹੈਗਾ, ਬਹੁਤ ਵਧੀਆ ਮਾਹੌਲ ਹੈ। ਅੱਛਾ, ਇਹਦਾ ਮਤਲਬ ਪਿਆਰ ਪਿਓਰ ਦਾ ਮਾਮਲਾ ਹੈ? ਉਹ ਫੁੱਫੜ ਤੋਂ ਘਬਰਾਈ ਨਾ, ਫੁੱਫੜ ਤੇਰਾ ਕੋਰਟ ਮੈਰਿਜ ਵੀ ਕਰਵਾਉਂਦਾ। ਤੁਹਾਨੂੰ ਕੀ ਲੱਗਦਾ ਫੁੱਫੜ ਜੀ, ਸਾਡੇ ਘਰੋਂ ਕਦੀ ਬਰਾਤ ਤੁਰੇਗੀ? ਮੈਨੂੰ ਤਾਂ ਨਹੀਂ ਇੱਦਾਂ ਲੱਗਦਾ। ਜਿਹੋ ਜੀ ਕੋਕੋ, ਉਹ ਜੇ ਕੋਕੋ ਦੇ ਬੱਚੇ, ਤੂੰ ਵੀ ਕੋਈ ਚੱਜ ਦੀ ਗੱਲ ਨਾ ਕਰੀ, ਕਾਲਜ ਜਾ ਕੇ ਵੀ ਕੱਖ ਨਹੀਂ ਖੱਟਿਆ ਤੂੰ। ਉਹ ਚੱਲ ਕੋਈ ਨਾ, ਆਪਣੇ ਲੰਬੜਦਾਰ ਸਾਹਿਬ ਦਾ ਸੁਭਾਅ ਤਾਂ ਥੋੜ੍ਹਾ ਗਰਮੀ ਆ, ਪਰ ਤੇਰੇ ਨਾਲ ਜੇ ਕੋਈ ਵੀ ਗੱਲਬਾਤ ਹੋਵੇ ਨਾ, ਤੇ ਆਪਣੇ ਵਕੀਲ ਫੁੱਫੜ ਨੂੰ ਦੱਸੀ ਜ਼ਰੂਰ। ਠੀਕ ਹੈ ਫੁੱਫੜ ਜੀ, ਚਲੋ ਮੈਂ ਚੱਲਦਾ, ਮੈਂ ਲੇਟ ਹੋ ਰਿਹਾ। ਸਤਿ ਸ਼੍ਰੀ ਅਕਾਲ। ਜੇ ਉਹ ਚੌਥਾ ਵੀ ਆ ਜਾਏ ਨਾ ਜਿਹੜਾ ਪ੍ਰੋਫੈਸਰ ਬਣਿਆ ਫਿਰਦਾ, ਉਹਦੇ ਨਾਲ ਵੀ ਕੋਈ ਗੱਲਬਾਤ ਕਰ ਲਾਂ, ਉਹਨੂੰ ਵੀ ਟੋਹ ਲਾਂ। ਓ ਫੁੱਫੜ ਜੀ, ਸਤਿ ਸ਼੍ਰੀ ਅਕਾਲ ਫੁੱਫੜ ਜੀ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਹੋਰ ਸੁਣਾਓ, ਸਭ ਠੀਕ ਠਾਕ ਆ ਨਾ? ਹਾਂਜੀ ਫੁੱਫੜ ਜੀ, ਸਭ ਠੀਕ ਹੈ, ਤੁਹਾਡੀ ਕਿਰਪਾ ਫੁੱਲ ਹੈ। ਤੁਸੀਂ ਗੇਟ ਤੇ ਕਿਉਂ ਖੜੇ ਹੋ? ਆ ਜਾਓ ਅੰਦਰ ਬੈਠਦੇ ਆਪਾਂ। ਨਹੀਂ ਨਹੀਂ ਨਹੀਂ, ਹੁਣ ਮੈਂ ਚੱਲਦਾ, ਫੇਰ ਬੈਠਾਂਗੇ। ਫੇਰ ਚਾਹ ਪੀਤੀ ਤੁਸੀਂ? ਹਾਂ ਹਾਂ, ਮੈਂ ਤੇ ਬਹੁਤ ਦੇਰ ਦਾ ਆਇਆ, ਸਭ ਕੁਝ ਖਾਧਾ ਪੀਤਾ। ਪੱਕਾ ਨਾ? ਪੱਕਾ। ਜਾਓ ਫਿਰ। ਮੈਨੂੰ ਪ੍ਰੋਫੈਸਰ ਮੇਰੇ ਨਾਲ ਕੀ ਕੰਮ ਪੈਣਾ, ਤੂੰ ਤੇ ਪ੍ਰੋਫੈਸਰ ਬਣ ਗਿਆ। ਚੱਲ ਫੇਰ ਵੇਖੂਗਾ ਕਿਤੇ ਤੈਨੂੰ। ਕੁੜੀਆਂ ਦੀ ਆਈ ਸਰਕਾਰ, ਛੜਿਆਂ ਨੂੰ ਕਫਾ ਕਰੋ।